ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ ਅਤੇ ਗੱਲਬਾਤ ਖੰਡ ਵਾਲੇ ਮਾਨ ਬੱਬੂ ਮਾਨ ਹੋਰਾਂ ਦੀ ਕਰੀਏ ਤਾਂ ਅੱਜ ਕੱਲ੍ਹ ਮਾਨ ਸਾਹਿਬ ਪਹੁੰਚੇ ਹੋਏ ਜੀ ਆਸਟ੍ਰੇਲੀਆ ਆਪਣੇ ਲਾਈਵ ਸ਼ੋਜ਼ ਦੇ ਲਈ। ਉਹਨਾਂ ਦੇ ਲਾਈਵ ਸ਼ੋਜ਼ ਦਾ ਉਹਨਾਂ ਦੇ ਸਾਰੇ ਹੀ ਚਾਹੁਣ ਵਾਲਿਆਂ ਨੂੰ ਬਹੁਤ ਜ਼ਿਆਦਾ ਇੰਤਜ਼ਾਰ ਹੁੰਦਾ, ਕਿਉਂਕਿ ਦੋਸਤੋ ਲਾਈਵ ਸ਼ੋਜ਼ ਦੇ ਵਿੱਚ ਐਂਟਰਟੇਨਮੈਂਟ ਤਾਂ ਮਾਨ ਸਾਹਿਬ ਕਰਦੇ ਹੀ ਕਰਦੇ ਨੇ, ਪਰ ਨਾਲ ਨਾਲ ਉਹ ਜਿਹੜੀਆਂ ਗੱਲਾਂ ਬਾਤਾਂ ਸੁਣਾਉਂਦੇ ਆ ਅਤੇ ਉਹਨਾਂ ਗੱਲਾਂ ਬਾਤਾਂ ਦਾ ਬਹੁਤ ਜ਼ਿਆਦਾ ਇੰਤਜ਼ਾਰ ਰਹਿੰਦਾ ਅਕਸਰ ਹੀ ਉਹਨਾਂ ਦੇ ਚਾਹੁਣ ਵਾਲਿਆਂ ਨੂੰ, ਕਿਉਂਕਿ ਦੋਸਤੋ ਗੱਲਾਂ ਬਾਤਾਂ ਅਜਿਹੀਆਂ ਹੁੰਦੀਆਂ ਜਿਹੜੀਆਂ ਕਿ ਬਾਕੀ ਕਲਾਕਾਰਾਂ ਤੋਂ ਨਹੀਂ ਸੁਣਨ ਨੂੰ ਮਿਲਦੀਆਂ, ਅਤੇ ਇਹ ਗੱਲਾਂ ਬਾਤਾਂ ਤਜਰਬੇ ਦੇ ਵਿੱਚੋਂ ਹੀ ਮਾਨ ਸਾਹਿਬ ਸੁਣਾਉਂਦੇ ਆ। ਅਤੇ ਪਿਛਲੇ ਦਿਨਾਂ ਦੇ ਵਿੱਚ ਮਾਨ ਸਾਹਿਬ ਨੇ ਵਾਈਕਿੰਗਸ ਦਾ ਖਾਸ ਕਰਕੇ ਜ਼ਿਕਰ ਹੈ ਜਿਹੜਾ ਕੀਤਾ ਹੈ ਆਪਣੀਆਂ ਇੰਟਰਵਿਊਜ਼ ਦੇ ਰਾਹੀਂ ਵੀ, ਅਤੇ ਆਪਣੀ ਡੀਪੀ ਵੀ ਉਹਨਾਂ ਨੇ ਵਾਈਕਿੰਗਸ ਵਾਲੀ ਹੀ ਲਗਾਈ ਹੋਈ ਹੈ। ਅਤੇ ਦੋਸਤੋ ਉਹਨਾਂ ਦੀ ਹਿਸਟਰੀ ਨੂੰ ਲੈ ਕੇ ਅਤੇ ਜੱਟਾਂ ਦੀ ਹਿਸਟਰੀ ਨੂੰ ਲੈ ਕੇ ਮਾਨ ਸਾਹਿਬ ਨੇ ਕੁਝ ਅਜਿਹੀਆਂ ਗੱਲਾਂ ਬਾਤਾਂ ਕੀਤੀਆਂ ਜਿਹੜੀਆਂ ਕਿ ਬਹੁਤ ਸਾਰੇ ਲੋਕ ਸ਼ਾਇਦ ਨਹੀਂ ਜਾਣਦੇ ਹੋਣਗੇ। ਆਓ ਫਿਰ ਤੁਹਾਨੂੰ ਵੀ ਸੁਣਾਉਂਦੇ ਹਾਂ ਜੀ। ਜੱਟ ਕੋਈ ਜਾਤ ਨਹੀਂ, ਜੱਟ ਨਸਲ ਹੈ, ਉਹਨੂੰ ਜਾਟ ਕਹਿ ਲਓ, ਜੱਟ ਕਹਿ ਲਓ, ਜਾਟ ਕਹਿ ਲਓ, ਬਸ ਇੱਕੋ ਗੱਲ ਹੈ, ਤੂੰ ਤੂੰ ਮੈਂ ਅੱਜ ਪੈਂਦਾ ਨਹੀਂ, ਜੁੱਤੀ ਮੇਰੇ ਕੋਲ ਹੱਲ ਹੈ। ਇਹ ਉਹ ਨਸਲ ਹੈ ਜਿਹਨੂੰ ਇੰਡੋਸੀਥੀਅਨ ਵੀ ਕਹਿੰਦੇ ਆ, ਇੰਡੋ ਆਰੀਅਨ ਵੀ ਕਹਿੰਦੇ ਆ, ਇਹ ਉਹ ਫੈਮਿਲੀ ਹੈ ਜਿਹਦੇ 'ਚ ਵਾਈਕਿੰਗ ਹੋਇਆ, ਇੱਕ ਸਮੁੰਦਰੀ ਰਾਹ ਫੜ ਗਏ, ਇੱਕ ਸੜਕੀ ਰਾਹ ਫੜ ਗਏ, ਤੇ ਜੱਟ ਨੂੰ ਅੱਜ ਵੀ ਜੰਮੂ ਕਸ਼ਮੀਰ 'ਚ ਇੱਕ ਮੁਰੱਬਾ ਘੋੜੀ ਦੇ ਹਥਿਆਰ ਦੇ ਦਿਓ, ਸਾਰਾ ਬਾਰਡਰ ਨੱਪ ਲੈਣਗੇ। ਔਰ ਇਸ ਨਸਲ ਨੂੰ ਚੀਨ ਦੇ ਬਾਰਡਰ 'ਤੇ ਬਿਠਾ ਦਿਓ, ਜੇ ਮੁੜ ਕੇ ਖੰਘ ਗਏ ਤਾਂ ਕਹਿ ਦਿਓ, ਪਰ ਸਰਕਾਰ ਇਹ ਸਮਝਦੀ ਨਹੀਂ, ਇਹ ਬਹੁਤ ਦੇਰ ਤੱਕ ਸੁਣਦੇ ਰਹਿੰਦੇ ਆ, ਚੁੱਪ ਰਹਿੰਦੇ ਆ, ਪਰ ਜਦੋਂ ਮੁੜਕਦੇ ਆ ਫਿਰ ਬਹੁਤ ਖਤਰਨਾਕ। ਵਾਹ ਟੂ ਵਾਹ ਜੱਟ। ਸੋ ਦੋਸਤੋ ਇਹ ਸਨ ਮਾਨ ਸਾਹਿਬ ਦੀਆਂ ਲੇਟੈਸਟ ਲਾਈਵ ਸ਼ੋਅ ਤੋਂ ਕੁਝ ਕੁ ਗੱਲਾਂ ਬਾਤਾਂ, ਇਹਨਾਂ ਨੂੰ ਲੈ ਕੇ ਆਪਣੇ ਵਿਚਾਰ ਕਮੈਂਟ ਕਰਕੇ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ, ਅਤੇ ਹੋਰ ਤਾਜ਼ਾ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ।